ਸਤਿ ਸ੍ਰੀ ਅਕਾਲ ਡਾਕਟਰ ਸੰਤੋਖ ਸਿੰਘ ਚੰਡੀਗੜ੍ਹ ਤੋਂ ਅੱਜ ਮੈਂ ਤੁਹਾਨੂੰ ਐਸੇ ਡਾਇਟੀਸ਼ੀਅਨ ਐਸੇ BMS ਆਯੁਰਵੈਦਿਕ ਡਾਕਟਰ ਤੋਂ ਦੇਸੀ ਨੁਸਖੇ ਦੱਸਾਂਗਾ ਜੋ ਤੁਹਾਡੇ ਸਮਾਨ ਘਰ 'ਚ ਹੀ ਮਿਲਦਾ ਹੈ ਤੁਸੀਂ ਉਹਦੇ ਨਾਲ ਇਮਿਊਨਿਟੀ ਬੂਸਟਰ ਪਾਊਡਰ ਬਣਾ ਸਕਦੇ ਹੋ ਪਾਊਡਰ ਹੈ ਨਾ ਘਰ ਕੋਈ ਖਰਚਾ ਨਹੀਂ ਆਉਣਾ ਇੱਕ ਪੈਸੇ ਦਾ ਖਰਚਾ ਨਹੀਂ ਆਉਣਾ ਜੋ ਘਰ ਸਮਾਨ ਪਿਆ ਉਹਦੇ ਨਾਲ ਦੇਖੋ ਹੁਣ ਕੀ ਹੋ ਰਿਹਾ ਕਿ ਹੁਣ ਆਪਾਂ ਸਟੇਜ 4 ਤੇ ਜਾ ਰਹੇ ਹਾਂ ਨਾ ਲੋਕਡਾਊਨ 4 ਨਾ ਸਟੇਜ 4 ਲੋਕਡਾਊਨ 4 ਤੇ ਜਾ ਰਹੇ ਹਾਂ ਲੋਕਡਾਊਨ 4 'ਚ ਕੀ ਹੋਏਗਾ ਕਿ ਅਸੀਂ ਜ਼ਿਆਦਾ ਮਿਲ ਮਿਲਾਪ ਹੋਏਗਾ ਸਾਡਾ ਹੁਣ ਆਪਾਂ ਹੌਲੀ ਹੌਲੀ ਬਾਹਰ ਨਿਕਲਣਾ ਜੂਨ ਦਾ ਮਹੀਨਾ ਆ ਰਿਹਾ ਤੁਹਾਨੂੰ ਕਿਹਾ ਸੀ ਜੂਨ ਦੇ ਮਹੀਨੇ ਦੇ ਬਾਅਦ ਕਾਫੀ ਕੇਸ ਘੱਟ ਜਾਣਗੇ ਗਰਮੀ ਕਰਕੇ ਅਤੇ ਆਪਾਂ ਇਹ ਇਮਿਊਨਿਟੀ ਬੂਸਟਰ ਪਾਊਡਰ ਨੂੰ ਪਿਲਾਉਣਾ ਹੈ ਘਰ ਦੇ ਵਿੱਚ ਸਿੰਪਲ ਹੈ ਬਿਲਕੁਲ ਸਿੰਪਲ ਹੈ ਕੁਛ ਨਹੀਂ ਹੈ ਇਹਦੇ ਵਿੱਚ ਧਿਆਨ ਨਾਲ ਸੁਣਿਓ ਖਾਸ ਕਰ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਮਾਵਾਂ ਸੁਣ ਰਹੀਆਂ ਅਤੇ ਤੁਸੀਂ ਬਣਾਉਣਾ ਹੈ ਅਤੇ ਤੁਸੀਂ ਹੀ ਫੈਮਿਲੀ ਨੂੰ ਸੰਭਾਲਣਾ ਅੱਗੇ ਅਤੇ ਤੁਸੀਂ ਹੀ ਬਣਾ ਕੇ ਲੋਕਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਆਪਣੇ ਹਸਬੈਂਡ ਨੂੰ ਆਪਣੇ ਬੱਚਿਆਂ ਨੂੰ ਪਿਲਾਉਣਾ ਸਭ ਵਾਸਤੇ ਇਹ ਬੜਾ ਅੱਛਾ ਹੈਗਾ ਟੋਟਕਾ ਜਿਹਾ ਅਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਸੀਗਾ ਕਿ ਆਯੁਸ਼ ਹੈ ਨਾ ਆਯੁਰਵੈਦਿਕ ਜਿਹੜੇ ਚੀਜ਼ਾਂ ਹੁੰਦੀਆਂ ਨੇ ਇਹੋ ਜਿਹੀਆਂ ਅਤੇ ਮੈਂ ਬੜੀ ਰਿਸਰਚ ਕਰਕੇ ਮੈਂ ਅੱਜ ਇੱਕ ਵੀਡੀਓ ਬਣਾਉਣ ਲੱਗਿਆ ਹੁਣ ਅਤੇ ਇਹਦੇ ਵਿੱਚ 8 ਚੀਜ਼ਾਂ ਪੈਂਦੀਆਂ ਨੇ 2 ਚੀਜ਼ਾਂ ਤਾਂ ਪਾਊਡਰ ਫੋਰਮ 'ਚ ਮਿਲਦੀਆਂ ਨੇ 6 ਚੀਜ਼ਾਂ ਆਪਾਂ ਨੂੰ ਨੋਰਮਲ ਫੋਰਮ 'ਚ ਮਿਲਦੀਆਂ ਨੇ ਅਤੇ ਆਪਾਂ ਉਹਨੂੰ ਕੀ ਕਰਨਾ ਦੇਖੋ ਸਿੰਪਲ ਤੁਸੀਂ ਇੱਕ ਪਰਾਤ ਲੈ ਲਓ ਸਭ ਤੋਂ ਪਹਿਲੇ ਅੱਛਾ ਇੱਕ ਚੀਜ਼ ਮੈਂ ਹੋਰ ਦੱਸਦਾ ਆਪਣਾ ਨਾ ਹੁਣ ਜਿਹੜਾ ਮੁਕਾਬਲਾ ਬਾਬਰ ਬੋਲਦਾ ਆਪਣਾ ਮੁਕਾਬਲਾ ਕਲਮ ਕੱਲਾ ਹੈ ਇਸ ਟਾਈਮ ਕਲਮ ਕੱਲਾ ਦਾ ਮਤਲਬ ਹੁੰਦਾ ਹੈ ਕਿ ਇਹ ਦੁਸ਼ਮਣ ਜਿਹੜਾ ਹੈਗਾ ਨਾ ਦਿਖਦਾ ਨਹੀਂ ਪਿਆ ਇਹਨੇ ਇੱਕ ਬੰਦੇ ਨੂੰ ਅਟੈਕ ਕਰਨਾ ਉਹਨੂੰ ਅਟੈਕ ਕਰਨਾ ਆਪਾਂ ਇਕੱਠੇ ਮਿਲ ਕੇ ਨਹੀਂ ਅਟੈਕ ਕਰ ਸਕਦੇ ਤਲਵਾਰ ਵਾਲਾ ਅਟੈਕ ਨਹੀਂ ਹੈਗਾ ਇਹ ਹੈ ਨਾ ਅਤੇ ਬੀ ਮੋਟੀਵੇਟਿਡ ਆਪਾਂ ਇਹਨੂੰ ਹਰਾਉਣਾ ਹੈ ਹਰਾ ਚੁੱਕੇ ਹਾਂ ਅੱਗੇ ਹਰਾਵਾਂਗੇ ਅਤੇ ਤੁਸੀਂ ਆਪਣੀ ਇਮਿਊਨਿਟੀ ਹਰ ਬੰਦੇ ਨੇ ਹਰ ਮੇਰੀ ਭੈਣ ਮੇਰੀ ਹਰ ਮਾਂ ਮੇਰੀ ਹਰ ਬੇਟੀ ਇਹ ਚੀਜ਼ ਨੂੰ ਸੁਣੇ ਕਿਉਂਕਿ ਇਹ ਤੁਸੀਂ ਹੀ ਬਣਾਓਗੇ ਆਦਮੀ ਲੋਕ ਤਾਂ ਇਹ ਘੱਟ ਹੀ ਕੰਮ ਕਰਦੇ ਨੇ ਰਸੋਈ ਦਾ ਵਾਲਾ ਦੇਸੀ ਨੁਸਖੇ ਤਾਂ ਘੱਟ ਹੀ ਕਰਦੇ ਨੇ ਪੁਰਾਣੀਆਂ ਮਾਤਾ ਹੀ ਕਰਦੀਆਂ ਨੇ ਅਤੇ ਮੈਂ ਬੜੀ ਸੋਚ ਸਮਝ ਕੇ ਆਪਣੀ ਸਾਇੰਟੀਫਿਕ ਸਾਇੰਸ ਨੂੰ ਆਪਣੀ ਨਿਊਟ੍ਰੀਸ਼ਨਲ ਸਾਇੰਸ ਨੂੰ ਆਪਣੀ ਆਯੁਸ਼ ਦੀ ਆਯੁਰਵੈਦਿਕ ਸਾਇੰਸ ਨੂੰ ਮੈਂ ਮਿਲਾ ਕੇ ਮੈਂ ਬੜੇ ਨਿਚੋੜ ਕੱਢ ਕੇ ਅਤੇ ਮੈਂ ਜਿਹੜੇ 8 ਚੀਜ਼ਾਂ ਮੈਂ ਕੱਢੀਆਂ ਸੀਗੀਆਂ ਵਿਦ ਰੀਜ਼ਨਿੰਗ ਕੀ ਫਾਇਦਾ ਉਹਨਾਂ ਦੇ ਵਿੱਚ ਅਤੇ ਤੁਸੀਂ ਧਿਆਨ ਨਾਲ ਸੁਣੋ ਮੇਰੀ ਵੀਡੀਓ ਅਖੀਰ ਤੱਕ ਦੇਖਿਓ ਅਤੇ ਇਹਨੂੰ ਬਣਾਓ ਸਿੰਪਲ ਮੈਂ ਬਾਰ ਬਾਰ ਬੋਲਾਂਗਾ ਕਿ ਇਹ ਸਿੰਪਲ ਚੀਜ਼ਾਂ ਘਰ 'ਚ ਮਿਲਦੀਆਂ ਨੇ ਇਹਦੇ ਵਿੱਚ 2 ਚੀਜ਼ਾਂ ਪਾਊਡਰ ਫਾਰਮ 'ਚ ਮਿਲਦੀਆਂ ਨੇ ਠੀਕ ਹੈ ਇੱਕ ਆਪਣੀ ਦਾਲਚੀਨੀ ਅਤੇ ਆਪਣੀ ਹਲਦੀ ਹੈ ਨਾ ਤੁਹਾਨੂੰ ਸਟਾਰਟਿੰਗ ਤੋਂ ਸ਼ੁਰੂ ਕਰਦਾ ਪਹਿਲੀ ਚੀਜ਼ ਆਪਣੀ ਥਾਲ ਲੈ ਲਓ ਕੋਈ ਵੀ ਥਾਲ ਲੈ ਲਓ ਉਹਦੇ ਵਿੱਚ ਜਾਂ ਤੁਸੀਂ ਨੌਨ ਸਟਿੱਕ ਲੈ ਲਓ ਸਿੱਧਾ ਹੀ ਨੌਨ ਸਟਿੱਕ ਕੁਝ ਆਪਾਂ ਬਣਾਉਂਦੇ ਹਾਂ ਨੌਨ ਸਟਿੱਕ ਲੰਬਾ ਜਿਹਾ ਕੋਈ ਪੈਨ ਕੋਈ ਵੀ ਲੈ ਲਓ ਆਪਣੇ ਗੈਸ 'ਤੇ ਚੜ੍ਹਾਉਣ ਤੋਂ ਪਹਿਲੇ ਗੈਸ ਔਨ ਕਰਨ ਤੋਂ ਪਹਿਲੇ ਰੱਖ ਲਓ ਉਸ ਦੇ ਉੱਤੇ ਅਤੇ ਤੁਸੀਂ ਉਸ ਦੇ ਵਿੱਚ ਪਾਉਣਾ ਕੀ ਹੈਗਾ ਤੁਸੀਂ 6 ਚਮਚ ਅਗਰ ਵੱਡੇ ਚਮਚ ਫੜੇ ਹੈ ਤਾਂ ਸਾਰੇ ਵੱਡੇ ਹੀ ਪਕੜਨੇ ਹੈ ਅਗਰ ਛੋਟੇ ਫੜੇ ਹੈ ਤਾਂ ਛੋਟੀ ਪਕੜਨੀ ਹੈ ਅਗਰ ਕੜਛੀ ਪਕੜ ਲਈ ਤਾਂ ਕੜਛੀ ਹੀ ਪਕੜਨੀ ਹੈ ਠੀਕ ਹੈ ਜੀ ਰੇਸ਼ੋ ਉਨੀ ਰਹੇਗੀ ਹਰ ਚੀਜ਼ ਦੀ ਮੈਂ ਹੁਣ ਚਮਚ ਬੋਲਾਂਗਾ ਅਤੇ ਚਮਚ ਤੁਹਾਡੇ ਹਿਸਾਬ ਨਾਲ ਹੋਏਗਾ ਵੱਡੀ ਫੈਮਿਲੀ ਹੈਗੀ ਤਾਂ ਕੜਛੀ ਪਕੜ ਲਏ ਛੋਟੀ ਫੈਮਿਲੀ ਹੈਗੀ ਛੋਟਾ ਚਮਚ ਪਕੜ ਲਏ 6 ਚਮਚ ਸੌਂਫ ਦੇ ਸੌਂਫ ਇਹ ਕਿਉਂ ਪਾਣੀ ਹੈ ਬਾਅਦ ਦੱਸੂੰਗਾ ਇਹ ਸੌਂਫ ਦੇ 6 ਚਮਚ ਆਪਾਂ ਨੌਨ ਸਟਿੱਕ ਦੇ ਉੱਤੇ ਸਾਈਡ 'ਤੇ ਰੱਖਤੇ ਠੀਕ ਹੈ ਜੀ 3 ਚਮਚ ਧਨੀਆ ਸਾਬੂਤ ਧਨੀਆ 6 ਚਮਚ ਅਤੇ 6 ਚਮਚ ਜੀਰਾ ਸਾਬੂਤ ਜੀਰਾ ਜੀਰਾ ਪਾਊਡਰ ਨਹੀਂ ਜੀਰਾ ਆਪਾਂ ਜੀਰਾ ਪਾਊਡਰ 'ਚ ਬਹੁਤ ਹੇਰਾ ਫੇਰੀ ਹੁੰਦੀ ਹੈ ਆਪਾਂ ਜੀਰਾ ਲੈਣਾ ਤਵੇ 'ਤੇ ਪਾ ਲੈਣਾ ਅਤੇ ਉਸ ਤੋਂ ਬਾਅਦ 1 ਚਮਚ ਇਲਾਇਚੀ ਅਤੇ 1 ਚਮਚ ਮਤਲਬ ਇਲਾਇਚੀ ਮਤਲਬ ਹਰੀ ਵਾਲੀ ਛੋਟੀ ਵਾਲੀ ਇਲਾਇਚੀ ਅਤੇ 1 ਚਮਚ ਕਾਲੀ ਮਿਰਚ ਸਾਬੂਤ ਕਾਲੀ ਮਿਰਚ ਨੌਨ ਸਟਿੱਕ ਪੈਨ 'ਤੇ ਰੱਖਣੀ ਹੈ ਕਿਉਂਕਿ ਆਪਾਂ ਇਹਨੂੰ ਥੋੜ੍ਹਾ ਜਿਹਾ ਗਰਮ ਕਰਨਾ ਤਾਂ ਮੈਂ ਕਹਿ ਰਿਹਾ ਨਮੀ ਇਹਦੀ ਉਡਾਉਣੀ ਹੈ ਪਾਊਡਰ ਨਹੀਂ ਲੈਣਾ ਆਪਾਂ ਪਾਊਡਰ ਵਿੱਚ ਬੜੀ ਹੇਰਾ ਫੇਰੀਆਂ ਹੁੰਦੀਆਂ ਅਤੇ ਤੁਹਾਨੂੰ ਬੋਲਿਆ ਕਿ 6 ਚਮਚ ਸੌਂਫ 3 ਚਮਚ ਧਨੀਆ 3 ਚਮਚ ਜੀਰਾ 1 ਚਮਚ ਇਲਾਇਚੀ 1 ਚਮਚ ਕਾਲੀ ਮਿਰਚ ਅਤੇ 8 ਲੌਂਗ ਲੌਂਗ ਜ਼ਰੂਰ ਪਾਉਣੇ ਹੈ ਇਹਦੀ ਵੀ ਕੁਆਲਿਟੀ ਹੈਗੀ ਹੈ ਇਹ ਇਮਿਊਨਿਟੀ ਨੂੰ ਬਹੁਤ ਬੂਸਟ ਕਰਦਾ ਹੈ ਲੌਂਗ ਨਾ ਇਹ ਪੁਰਾਣੇ ਆਪਣੇ ਰਿਸ਼ੀ ਮੁਨੀ ਕਾਫੀ ਇਹਨੂੰ ਯੂਜ਼ ਕਰਦੇ ਸੀ ਲੌਂਗ ਨੂੰ ਅਤੇ ਇਲਾਇਚੀ ਨੂੰ ਆਪਣੀ ਇਮਿਊਨਿਟੀ ਬੂਸਟਰ ਹੈਗਾ ਅਤੇ ਗਲੇ ਨੂੰ ਸੂਤ ਕਰਦਾ ਇਹ ਸਾਰਾ ਕੁਛ ਲੈ ਕੇ ਤੁਸੀਂ ਤਵੇ ਦੇ ਵਿੱਚ ਆਪਣਾ ਨੌਨ ਸਟਿੱਕ ਪੈਨ ਦੇ ਵਿੱਚ ਇਹਨੂੰ ਜੋ ਮੈਂ ਤੁਹਾਨੂੰ ਰੇਸ਼ੋ ਦੱਸੀ ਹੈ ਇਹ ਸਾਰਾ ਕੁਛ ਲੈ ਕੇ ਦੁਬਾਰਾ ਬੋਲ ਦੇਣਾ 6 ਚਮਚ ਸੌਂਫ 3 ਚਮਚ ਧਨੀਆ ਅਤੇ ਜੀਰਾ 1 ਚਮਚ ਕਾਲੀ ਮਿਰਚ ਅਤੇ 1 ਚਮਚ ਇਲਾਇਚੀ
ठीक है जी, ते अठ लौंग ये लैके अपन तवे ते पा देना स्लो, मतलब मन्नी जी निम्मी जी अपना आँच दे विच इनू 15-20 मिनट इनू घुमाई जाना है, जब तक ये पूरा लगे ना कि यदा नमी जो मॉइस्चर है ये उड़ गया है तो चीज़ कड़क हो गई है, मतलब साड़ना नहीं है, अपना साड़न तो पहले पहले ही तो बड़ी अच्छी खुशबू आएगी फर्स्ट क्लास करके देखियो, मैं कल बनाई सी तो बहुत अच्छी सी, तभी मैं प्रैक्टिकल मैं वीडियो बना के मतलब मैं तुम्हें वीडियो दे नहीं सकता, मैं घर बनाई सी, मैं बैठा क्लीनिक दे विच ते लोगों ने कहा सीगा भाजी तुसी इम्यूनिटी बूस्टर पाउडर बारे से वीडियो बनाओ तो तुम्हें मैं वो बना के दिखा रहा, तो समझ लो सिंपल सिंपल चीज़ें कच होंदियां ने, उन्होंने लैके तवे दे विच भुन लेना, भुनन तो बाद ठंडा होन दो, ठंडा हो के उन्हों मिक्सी दे विच उन्हों पीस लो, जब मिक्सी पीस गया। अच्छा एक चीज़ हो रहा है ये जिन्हों को अपना हैगा है अपना है दालचीनी, जिहड़ी दालचीनी हैगी है जिन्हों को अगर हैगी है साबुत, मतलब कि दालचीनी अजकल ना ये कई वरायटियां है असली नकली दी, एक जो मिलता है बाग जी मिलती है लंबी जी मिलती है, वैसे वो नकली जी होंगी है पर काम चल जाएगा, पर कोशिश करो कि असली दालचीनी वो गोल फॉर्म से होंगी है, बिल्कुल पेपर घूमया होंगे ना इस तरह फॉर्म से होंगी है, ये श्रीलंकन दालचीनी बहुत अच्छी होंगी है, सदरन मतलब साउथ इंडिया की दालचीनी बहुत अच्छी होंगी है, अगर तुम्हें नहीं मिलती तो सिंपल दालचीनी ले लो, वो एक बार बार बार्क हैगी है दालचीनी नहीं है, तुम जो भी मिलता है वो क्वालिटी उस जीयां है, पर असली दालचीनी जो होंगी है वो गोल होंगी है पेपर वांगू, ए करो ना भुर जाती है, बड़ी यदि हेरा फेरिया होंदिया ने, मैं बाद चो समझावगा तुहानू, पर फिलहाल तुसी समझो कि दालचीनी आपां लैनी है, तो दालचीनी का एक चम्मच पाउडर, अगर दालचीनी पाउडर नहीं हैगा तो तकरीबन 2 इंच दियां 3-4 आपां वो ले लेनी है एक चम्मच दे विच, मतलब कि 3-4 आपां लकड़ दी ले लेनी है, तो उन्हों असी भुन लेना, तो अगर लकड़ हैगी तो भुन लेना, अगर आपां पाउडर हैगा तुहानू बाद चो रख, उन्हों नहीं भुनना पाउडर नू, ना हल्दी नू भुनना है ना तुसी दालचीनी दे पाउडर नू भुनना है, ठीक है जी, बाकी जो चीज़ें मैं छे दसियां तुहानू मैं चीज़ां उन्हों भुन के उन्हों मिक्सी पा के ठंडा करके भुन के उन्हों कोसा करके नमी उड़ा के रख लो, जब टैंपरेचर नॉर्मल हो जाएगा मिक्सी पा के उन्हों घुमा दो, चूरा बना दो पूरा, वह मिक्सी का काम कर देगी अपना, तो उहदे विच तुसी बाद चो एक चम्मच दालचीनी का 6 चम्मच हल्दी दे, हल्दी बहुत पुरानी चीज़ हैगी है, ब्याह तो पहले भी लगती है हल्दी, बहुत चीज़ हैगी है हल्दी, आप दुछ पा के भी पीने हैं, मेरा कुछ हादसा होया सीगा कल, कोई मैनू पिछों मार गया सीगा तो मेरी मतलब मैं हल्दी दुध पीता, हल्दी पा के माँ दुध पिलाती है कि बच्चे को कोई तकलीफ ना हो जाए, हल्दी तुम्हें पता ही है, तो ये की चीज़ होंगी ना वो बाद चो दसूँगा, तो 6 चम्मच हल्दी लैके तो तुसी वो भुनन तो बाद कोसा मतलब थले टैंपरेचर आ के तुसी कोल के उन सारे पाउडर नू एक किसी शीशी दे विच एंड टाइट करके रख लेना, ये हाइग्रोस्कोपिक है, ठीक है, इनू नमी लगेगी ये खराब हो जाएगी, तुसी किसी भी शीशी विच किसी डब्बे दे विच एंड एयर टाइट पा के रख लेना, सेवन कैवें करना है आपां कैवें इनू खाना है, अद्धा चम्मच एक अच्छे आदमी वास्ते 60 किलो वास्ते अद्धा चम्मच, जरा 100 किलो का है 1 चम्मच, जरा बच्चा है 10 साल का उन्हों अद्धे तो भी अद्धा चम्मच 1/4 चम्मच कोसे पानी च पा के इनू घोल के सवेरे शाम 2 बार पिलाना है, ये की होएगा ये इम्यूनिटी वधेगी, बच्चे की इम्यूनिटी वधेगी मतलब कि अपनी रोग प्रतिरोग क्षमता वधेगी, ठीक है जी, 8 चीज़ें मैं तुम्हें 8 चीज़ें समझाती ने, सारे तुम द्रव्य समझाते ने, ये घर आम मिलने हैं, मैं कोई इंग्लिश यूज़ नहीं की, तो जोड़े लोग इंग्लिश यूज़ मतलब समझते हैं उन्होंने आप सौंफ नू फैनल कहने हैं, धनिया नू आप कोरिएंडर कहने हैं, जीरे नू आप क्यूमिन कहने हैं, साबुत इलायची नू आप कार्डियमम कहने हैं, तो काली मिर्च नू आप ब्लैक पेपर कहने हैं, ठीक है जी, ये समझ जान तो उस हिसाब नाल तुसीं चलना है, हुण इहदा एक पा के असी भुन के इहनू पाउडर बना के रख लिया, तो असी रोज़ 1/2 चम्मच सवेरे शाम पीना है, तो इहदे नाल की होएगा, इहदे नाल साडी जिहड़ी इम्यूनिटी है साडी जिहड़ी शरीर की इम्यूनिटी हैगी है स्ट्रोंग होएगी, ये सब नू पिलाना है, जिहड़ी मावां भैणां मेरियां मेरी सुन रही गल्लां मेरियां, तो वह सब नू पिलाना तुसीं घर दे विच, मैं दसदा तुहानू किस तरह किस तरह डोज हैगी है, तुसीं वीडियो दुबारा देख लैणा, सुन के मैं बोल चुके हैं मैं किस तरह डोज देनी हैगी है,
ਤੇ ਇਹਦੇ ਕਿਉਂ ਦੇਣੀ ਹੈ ਹੁਣ ਕਿਉਂ ਮੈਂ ਅਖੀਰ ਚ ਬੋਲ ਰਿਹਾ ਕਿਉਂ ਦੇਣੀ ਹੈ ਜਿਹੜੀ ਸੌਂਫ ਹੁੰਦੀ ਹੈ ਨਾ ਉਹ ਇਸ ਬੈਸਟ ਸਭ ਤੋਂ ਅੱਛਾ ਸੋਰਸ ਆਫ ਕੈਲਸ਼ੀਅਮ ਤੁਹਾਨੂੰ ਪਤਾ ਨਹੀਂ ਹੋਏਗਾ ਪੋਟਾਸ਼ੀਅਮ ਠੀਕ ਹੈ ਇਹ ਹੈਗਾ ਇਹਦਾ ਐਸੇ ਡਾਈਟੀਸ਼ੀਅਨ ਪੁਆਇੰਟ ਆਫ ਵਿਊ ਮਤਲਬ ਮੈਂ ਨਿਊਟ੍ਰੀਸ਼ਨਿਸਟ ਹੈ ਤੇ ਕੈਲਸ਼ੀਅਮ ਤੇ ਪੋਟਾਸ਼ੀਅਮ ਦਾ ਬਹੁਤ ਅੱਛਾ ਸੋਰਸ ਹੈ ਨਾਲੇ ਸੌਂਫ ਗਲੇ ਨੂੰ ਸਾਫ਼ ਤਰ ਕਰਦੀ ਹੈ ਨਾ ਜੀ ਆਪਾਂ ਸਾਬੂ ਧਨੀਆ ਪਾਉਣਾ ਹੈ ਇਹਦੇ ਵਿੱਚ ਕਿਉਂ ਪਾਉਣਾ ਸਾਬੂ ਧਨੀਆ ਕਿਉਂਕਿ ਇਹ ਬੈਸਟ ਸੋਰਸ ਆਫ ਮੈਗਨੀਸ਼ੀਅਮ ਤੇ ਵਿਟਾਮਿਨ ਏ ਵਿਟਾਮਿਨ ਏ ਬਣਦਾ ਹੈ ਬੀਟਾ ਕੈਰੋਟੀਨ ਤੋਂ ਠੀਕ ਹੈ ਜੀ ਉਹਦਾ ਪ੍ਰੀਕਰਸਰ ਵਿਟਾਮਿਨ ਏ ਦਾ ਬੀਟਾ ਕੈਰੋਟੀਨ ਹੈਗੀ ਹੈ ਤੇ ਇਹਦੇ ਵਿੱਚ ਬੀਟਾ ਕੈਰੋਟੀਨ ਹੈਗੀ ਹੈ ਸਾਬੂ ਧਨੀਆ ਦੇ ਵਿੱਚ ਉਹ ਵਿਟਾਮਿਨ ਏ ਆਪਣੇ ਆਪ ਬਣ ਜਾਏਗਾ ਵਿਟਾਮਿਨ ਏ ਇਜ਼ ਵੈਰੀ ਗੁੱਡ ਇਮਿਊਨਿਟੀ ਮਤਲਬ ਵਿਟਾਮਿਨ ਏ ਅੱਖਾਂ ਵਾਸਤੇ ਆਪਾਂ ਸੋਚਦੇ ਹਾਂ ਆਪਣੀ ਇਮਿਊਨਿਟੀ ਬਹੁਤ ਅੱਛੀ ਬਣਾਉਂਦਾ ਹੈ ਅਤੇ ਆਪਾਂ ਗੱਲ ਕਰੀਏ ਹੁਣ ਕਿਊਮਿਨ ਦੀ ਜੀਰੇ ਦੀ ਜੀਰੇ ਵਿੱਚ ਕੀ ਹੁੰਦਾ ਹੈ ਮੋਨੋਸੈਚੂਰੇਟਿਡ ਐਸਿਡ ਮਤਲਬ ਕਿ ਜਿਹੜੇ ਲੋਕ ਸਮਝ ਰਹੇ ਮੇਰੀ ਗੱਲ ਅੰਗਰੇਜ਼ੀ ਦੇ ਵਿੱਚ ਅਤੇ ਇਹਦੇ ਵਿੱਚ ਕੋਈ ਮੋਨੋਸੈਚੂਰੇਟ ਐਸਿਡ ਹੁੰਦਾ ਹੈ ਮੈਗਨੀਸ਼ੀਅਮ ਮੈਂਗਨੀਜ਼ ਹੁੰਦਾ ਹੈ ਇਹਦੇ ਵਿੱਚ ਇੱਕ ਹੋਰ ਹੁੰਦਾ ਹੈ ਪੈਟਰੋਸੈਲਿਨਿਕ ਐਸਿਡ ਪੈਟਰੋਸੈਲਿਨਿਕ ਐਸਿਡ ਉਹ ਜਿਹੜਾ ਹੈਗਾ ਨਾ ਉਹਦੇ ਵਿੱਚ ਸੈਲੀਨੀਅਮ ਨਹੀਂ ਹੈ ਸੈਲੀਨੀਅਮ ਇੱਕ ਮੈਟਲ ਹੈ ਜੋ ਐਂਟੀ ਆਕਸੀਡੈਂਟ ਹੈ ਉਹ ਸੈਲੀਨੀਅਮ ਨਹੀਂ ਹੈਗਾ ਇਹਦੇ ਵਿੱਚ ਉਹ ਕੀ ਕਰਦਾ ਉਹ ਓਲਿਕ ਐਸਿਡ ਪ੍ਰੋਡਿਊਸ ਕਰਦਾ ਸਾਡੀ ਬੋਡੀ ਦੇ ਵਿੱਚ ਮੈਂ ਤੁਹਾਨੂੰ ਸੁਣਾਉਂਦਾ ਥੋੜ੍ਹੀ ਅੰਗਰੇਜ਼ੀ ਮਾਰ ਕੇ ਕਿ ਇਹ ਸਾਡੀ ਬੋਡੀ ਵਿੱਚ ਆਪਣੇ ਆਪ ਮੋਨੋਸੈਚੂਰੇਟਿਡ ਫੈਟ ਬਣਦਾ ਹੈ ਬੋਡੀ ਖੁਦ ਬਣਾਉਂਦੀ ਹੈ ਅਗਰ ਆਪਾਂ ਫੈਟ ਨਾ ਖਾ ਸਕੀਏ ਜਿਹੜੇ ਲੋਕ ਜਿਹੜੇ ਗਰੀਬ ਬੰਦੇ ਦੇਸੀ ਘਿਓ ਮੱਖਣ ਨਹੀਂ ਖਾ ਸਕਦੇ ਉਹਨਾਂ ਦੀ ਬੋਡੀ ਵਿੱਚ ਇੱਕ ਫੈਟ ਬਣਦਾ ਹੈ ਅਗਰ ਕੋਈ ਨਿਊਟ੍ਰੀਸ਼ਨ ਮੇਰੀ ਗੱਲ ਸੁਣ ਰਿਹਾ ਹੈ ਤੇ ਉਹ ਸਮਝ ਪਾਏਗਾ ਕਿ ਉਹ ਫੈਟ ਆਟੋਮੈਟਿਕ ਬੋਡੀ ਖੁਦ ਬਣਾਉਂਦੀ ਹੈ ਫ੍ਰੀ ਦੇ ਵਿੱਚ ਉਹਦਾ ਨਾਮ ਹੈ ਓਲਿਕ ਐਸਿਡ ਓਲਿਕ ਐਸਿਡ OLEIC ਓਲਿਕ ਐਸਿਡ ਬਣਦਾ ਹੈ ਤੇ ਇਹਦੇ ਵਿੱਚ ਹੈਗਾ ਨਾ ਪੈਟਰੋਸੈਲਿਨਿਕ ਐਸਿਡ ਹੈਗਾ ਜੋ ਕਿ ਓਲਿਕ ਐਸਿਡ ਬਣਾਉਂਦਾ ਹੈ ਇਹ ਫਾਇਦਾ ਹੈ ਜੀਰੇ ਦਾ ਤੁਹਾਨੂੰ ਮੇਰੀਆਂ ਜਿਹੜੀ ਜੋ ਵੀ ਬੀਬੀਆਂ ਇਹ ਸੁਣਦੀਆਂ ਮੇਰੀ ਗੱਲ ਜੀਰਾ ਯੂਜ਼ ਕਰਦੀਆਂ ਨੇ ਉਹਦਾ ਫਾਇਦਾ ਇਹ ਹੁੰਦਾ ਜੀਰੇ ਤੋਂ ਬਿਨਾਂ ਜੀਰਾ ਆਪਣਾ ਚਾਵਲ ਹੈ ਨਾ ਅਤੇ ਇਹ ਚੀਜ਼ਾਂ ਕਈ ਚੀਜ਼ਾਂ ਜੀਰਾ ਹੱਥਾਂ 'ਤੇ ਪੈਂਦਾ ਹੈਗਾ ਅਤੇ ਜਿਹੜੀ ਇਲਾਇਚੀ ਜਿਹੜੀ ਹੈਗੀ ਹੈ ਇਹ ਕੋਲਡ ਕਫ ਅਸਥਮਾ ਵਾਸਤੇ ਇਲਾਇਚੀ ਤਰ ਕਰਦੀ ਸਾਡੇ ਗਲੇ ਨੂੰ ਇਹ ਆਪਾਂ ਤਾਂ ਯੂਜ਼ ਕਰਨੀ ਹੈ ਬਾਕੀ ਜਿਹੜੀ ਕਾਲੀ ਮਿਰਚ ਹੈਗੀ ਹੈ ਨਾ ਦੇਖੋ ਕਾਲੀ ਮਿਰਚ ਜਿਹੜੀ ਹੈਗੀ ਹੈ ਖਾਂਸੀ ਵਾਸਤੇ ਬਹੁਤ ਅੱਛੀ ਚੀਜ਼ ਹੈਗੀ ਹੈ ਇਮਿਊਨਿਟੀ ਬਣਾਉਂਦੀ ਹੈ ਪਰ ਜਿਹੜੀ ਐਂਟੀ ਆਕਸੀਡੈਂਟ ਹੈਗੇ ਹੈ ਜਿਸ ਤਰ੍ਹਾਂ ਸੈਲੀਨੀਅਮ B12 ਬੀਟਾ ਕੈਰੋਟੀਨ ਕਰਕਰੋਮਿਨ ਜਿਹੜਾ ਹਲਦੀ 'ਚ ਮਿਲਦਾ ਹੈ ਕਰਕਰੋਮਿਨ ਹਲਦੀ 'ਚ ਮਿਲਦਾ ਇਹ ਇਹਨੂੰ ਬਿਨਾਂ ਇਹ ਆਪਣੀ ਜਿਹੜੀ ਹੈਗੀ ਹੈ ਕਾਲੀ ਮਿਰਚ ਤੋਂ ਬਿਨਾਂ ਇਹ ਐਬਜ਼ੋਰਬ ਨਹੀਂ ਹੁੰਦੇ ਕਾਲੀ ਮਿਰਚ ਦਾ ਆਹ ਫਾਇਦਾ ਹੈ ਕਿ ਇਹ ਚੀਜ਼ਾਂ ਨੂੰ ਇਹ ਸਾਡੇ ਸਰੀਰ 'ਚ ਲੈ ਕੇ ਆਉਂਦਾ ਹੈ ਮੋਟੀ ਗੱਲ ਸਮਝੋ ਕਾਲੀ ਮਿਰਚ ਪਾਣੀ ਬਹੁਤ ਜ਼ਰੂਰੀ ਹੈ ਹੁਣ ਜਿਹੜੇ ਨਿਊਟ੍ਰੀਸ਼ਨਿਸਟ ਮੇਰੀ ਗੱਲ ਸੁਣ ਰਹੇ ਹੋਣਗੇ ਅਗਰ ਮੈਂ ਗਲਤ ਹੈ ਮੇਰੇ ਇਨਬੋਕਸ ਆ ਕੇ ਕਮੈਂਟ ਕਰ ਦੇਣਾ ਮੈਂ ਦੁਬਾਰਾ ਬੋਲਦਾ ਇਹ ਸੈਲੀਨੀਅਮ B12 ਅਤੇ ਬੀਟਾ ਕੈਰੋਟੀਨ ਅਤੇ ਕਰਕਰੋਮਿਨ ਨੂੰ ਐਬਜ਼ੋਰਬ ਕਰਦਾ ਮੈਂ ਥੋੜ੍ਹੀ ਇੰਗਲਿਸ਼ ਬੋਲ ਰਿਹਾ ਫੋਰ ਜਿਹੜੇ ਐਜੂਕੇਟਡ ਬੰਦੇ ਹੈਗੇ ਆ ਅਤੇ ਨੰਬਰ ਦਾ ਹੈਗੀ ਹੈ ਦਾਲਚੀਨੀ ਦਾਲਚੀਨੀ ਕੀ ਕਰਦੀ ਹੈ ਇਹਦੇ ਵਿੱਚ ਵਿਟਾਮਿਨ ਕੇ ਬਹੁਤ ਰੇਅਰ ਮਿਲਦਾ ਇਹ 'ਚ ਵਿਟਾਮਿਨ ਕੇ ਅਤੇ ਕੈਲਸ਼ੀਅਮ ਅਤੇ ਆਇਰਨ ਮਿਲਦਾ ਦਾਲਚੀਨੀ ਵੈਸੇ ਵੀ ਸਾਡੇ ਗਲੇ ਵਾਸਤੇ ਬਹੁਤ ਅੱਛੀ ਹੈਗੀ ਹੈ ਸਾਡੀ ਇਮਿਊਨਿਟੀ ਵਾਸਤੇ ਬਹੁਤ ਹੀ ਅੱਛੀ ਚੀਜ਼ ਹੈਗੀ ਹੈ ਅਤੇ ਇਹ ਆਪਾਂ ਤਾਂ ਯੂਜ਼ ਕਰਦੇ ਹਾਂ ਹਲਦੀ ਸਭ ਨੂੰ ਪਤਾ ਹੈ ਹਲਦੀ ਦਾ ਉਹ ਕੀ ਬੋਲਦੇ ਆ ਮੈਨੂੰ ਪਲਟਣ ਲੱਗਦੀ ਹੈ ਤੁਸੀਂ ਇਨਬੋਕਸ ਕਰਨਾ ਮੈਂ ਗਲਤ ਬੋਲ ਰਿਹਾ ਵਿਆਹ ਤੋਂ ਪਹਿਲੇ ਕੀ ਬੋਲਦੇ ਆ ਉਹਨੂੰ ਜੋ ਵੀ ਲੱਗਦੀ ਹੈ ਅਤੇ ਉਹ ਆਪਾਂ ਹਲਦੀ ਲੈਂਦੇ ਹਾਂ ਬੋਲਦੇ ਬਟਨਾ ਅਸਿਸਟੈਂਟ ਮੇਰੀ ਬਹੁਤ ਸਿਆਣੀ ਹੈ ਮੈਂ ਪੰਜਾਬੀ ਥੋੜ੍ਹਾ ਵੀਕ ਹੈ ਮੈਂ ਸਿੱਖੀ ਪੰਜਾਬੀ ਹੁਣ ਤੁਹਾਡੇ ਵਾਸਤੇ ਅਤੇ ਆਪਣਾ ਬਟਨਾ ਨਾ ਬਟਨਾ ਲੱਗਦਾ ਅਤੇ ਉਹ ਸਕਿਨ ਨੂੰ ਬਹੁਤ ਸ਼ਾਈਨ ਦਿੰਦੀ ਹੈ ਜਿਹਨੂੰ ਹਲਦੀ ਲੱਗ ਗਈ ਸਕਿਨ ਨੂੰ ਕੋਈ ਜ਼ਖਮ ਹੋਵੇ ਉੱਥੇ ਹਲਦੀ ਲਾ ਦਿਉ ਸਾਫ਼ ਹੋ ਜਾਂਦਾ ਹੈ ਅਤੇ ਹਲਦੀ ਪੀ ਲਓ ਮੇਰਾ ਕੱਲ੍ਹ ਕੁਛ ਕਿਸੇ ਬੰਦੇ ਨੇ ਮੇਰਾ ਪਿੱਛੋਂ ਟੱਕਰ ਮਾਰੀ ਸੀ ਮੈਨੂੰ ਅਤੇ ਮੈਨੂੰ ਮਤਲਬ ਸੱਟਾਂ ਲੱਗੀਆਂ ਅਤੇ ਮੈਂ ਹਲਦੀ ਦੁੱਧ ਪੀਤਾ ਅਤੇ ਆਈ ਐਮ ਫਾਈਨ ਟੂਡੇ ਦੇਖੋ ਤੁਹਾਡੇ ਸਾਹਮਣੇ ਹੈਗਾ ਵੀ ਜਿਹੜੇ ਦਰਸ਼ਕ ਮੈਂ ਦੇਖ ਰਹੇ ਨੇ ਮੇਰੀ ਪੋਸਟ ਮੇਰੀ ਫੇਸਬੁੱਕ 'ਤੇ ਪੜ੍ਹ ਰਹੇ ਨੇ ਉਹ ਕੇਸ ਸੋਲਵ ਹੈ ਭਾਜੀ ਮੈਨੂੰ ਕੋਈ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਹੈਗਾ ਅਤੇ ਜਦ ਆਪਾਂ ਚੜ੍ਹਦੇ ਹਾਂ ਨਾ ਉੱਪਰ ਲੋਕ ਪੱਥਰ ਮਾਰਦੇ ਹੈ ਮੈਨੂੰ ਇੰਨਾ ਪਤਾ ਕਿ ਪੱਥਰ ਤਾਂ ਮਾਰਦੇ ਆਪਾਂ ਉੱਪਰ ਹੁੰਦੇ ਹਾਂ ਪੱਥਰ ਤਾਂ ਪੈਂਦੇ ਹੈ ਨਾ ਕੋਈ ਪੱਥਰ ਥੱਲੇ ਨਹੀਂ ਮਾਰਦਾ ਪੱਥਰ ਉੱਪਰ ਹੀ ਮਾਰਦਾ ਅਤੇ ਇਹਦਾ ਇਟ ਮੀਨਸ ਕਿ ਮੈਂ ਉੱਪਰ ਹੈ ਤਾਂ ਹੀ ਪੱਥਰ ਪੈ ਰਿਹਾ ਮੈਨੂੰ ਆਈ ਐਮ ਵੈਰੀ ਹੈਪੀ ਜਿਹੜੇ ਮੇਰੇ ਕ੍ਰਿਟਿਕਸ ਹੈਗੇ ਹੈ ਉਹਨਾਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਦੋਸਤ ਹੈਗੇ ਹੈ ਸਤਿ ਸ਼੍ਰੀ ਅਕਾਲ ਜਿਹੜੇ ਮੇਰੀ ਭੈਣ ਭਰਾਵਾਂ ਹੈਗੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਹੈਗੀਆਂ ਇਹ ਚੀਜ਼ਾਂ ਘਰ 'ਚ ਬਣਾਓ ਇਹ ਇਮਿਊਨਿਟੀ ਬੂਸਟਰ ਹੈਗਾ 100% ਤੁਹਾਡੀ ਫੈਮਿਲੀ ਸੇਫ ਰਹੇਗੀ ਇਹ ਲੋਕਡਾਊਨ 4 ਕੱਲ੍ਹ ਤੋਂ ਹੋ ਰਿਹਾ ਮੇਰੇ ਹਿਸਾਬ ਦੇ ਨਾਲ
कि ये सब कुछ खुलेगा, अब आप बाहर जावांगे, बट विद इम्यूनिटी बूस्टर फ्रॉम संतोख टाइटेनिक फ्री द टोड के ने, कोई पैसे नहीं तो मंग रहा मैं, सारा समान तुम्हें घर से मिलता है, इन्हू यूज करो, कोई शिकवा होएगा, कोई किसी नू कोई मेरे मैं गलती होगी तो मैं माफ करता है, मैं माफी मांगता है उस तो, ते कोई किसी नू कोई प्रॉब्लम हैगी है तो मेरे इनबॉक्स करन, मैं नेक्स्ट वीडियो फिर बनाऊंगा। ओके जी, सत श्री अकाल, संतोख ट्रेनिंग वालों, सत श्री अकाल।